ਸਤਿ ਸ੍ਰੀ ਅਕਾਲ ਦੋਸਤੋ ਟਰਬਨ ਕਿੰਗ ਪ੍ਰਦੀਪ ਗਹਿਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਲੈ ਕੇ ਆਏ ਕਲਗੀ ਲੜਦੀ ਔਰ ਲਾਸਟ ਜਿਹੜਾ ਸਿੱਧਾ ਲੜ ਤੁਸੀਂ ਕਿਸ ਤਰੀਕੇ ਦੇ ਨਾਲ ਲਾਉਣਾ ਹੈ ਇਹਦੀ ਵੀਡੀਓ ਔਰ ਵੀਡੀਓ ਨੂੰ ਅੱਗੇ ਸਟਾਰਟ ਹੋਣ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਹਰੇਕ ਤੁਹਾਡੇ ਤੱਕ ਪਹੁੰਚਦੀ ਰਹੇ ਇਸ ਤੋਂ ਇਲਾਵਾ ਜੇਕਰ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਭ ਤੋਂ ਪਹਿਲਾਂ ਪੇਜ ਨੂੰ ਫੋਲੋ ਜਰੂਰ ਕਰੋ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕਲਗੀ ਲੜ ਲਗਾਉਣਾ ਬਿਲਕੁਲ ਨੱਕ ਦੀ ਸੇਧ ਦੇ ਉੱਤੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਜੇਕਰ ਤੁਹਾਡੀ ਪੱਗ ਦੇ ਵਿੱਚ ਲਾਸਟ ਲੜ ਦੇ ਵਿੱਚ ਡੈਂਟ ਪੈਂਦਾ ਤਾਂ ਤੁਸੀਂ ਲਾਸਟ ਲੜ ਖੋਲ ਕੇ ਉਸ ਦੀ ਪੂਣੀ ਨੂੰ ਸੈੱਟ ਕਰਕੇ ਦੁਬਾਰਾ ਲੜ ਲਗਾ ਸਕਦੇ ਹੋ ਔਰ ਡੈਂਟ ਦੀ ਸਪੈਸ਼ਲ ਵੀਡੀਓ ਵੀ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਤੇ ਲਾਸਟ ਦੇ ਵਿੱਚ ਫਿਰ ਕੀ ਕਰਨਾ ਦੋਵੇਂ ਪੱਲੇ ਅੰਦਰਲੀ ਸਾਈਡ ਥੱਲੇ ਵਾਲਾ ਪੱਲਾ ਤੁਸੀਂ ਦੇਖੋਗੇ ਤੇ ਅੰਦਰਲੀ ਸਾਈਡ ਮੋੜਿਆ ਔਰ ਉੱਪਰ ਵਾਲੀ ਸਾਈਡ ਵਾਲਾ ਜਿਹੜਾ ਪੱਲਾ ਉਹ ਵੀ ਅੰਦਰਲੀ ਸਾਈਡ ਮੋੜ ਦੇਣਾ ਜੇਕਰ ਤੁਸੀਂ ਵਟ ਪਾਉਣੇ ਹੋਣ ਤਾਂ ਲਾਸਟ ਲੜ ਦੇ ਵਿੱਚ ਵਟ ਪਾ ਸਕਦੇ ਆ ਜੇਕਰ ਸਫਾਈ ਨਾਲ ਕਰਨਾ ਹੋਵੇ ਤਾਂ ਹਲਕਾ ਜਿਹਾ ਖਿੱਚ ਕੇ ਤੁਸੀਂ ਲੜ ਲਗਾ ਸਕਦੇ ਆ ਸੋ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਲਾਸਟ ਤੱਕ ਸਭ ਤੋਂ ਪਹਿਲਾਂ ਦੇਖੋ ਹਲਕਾ ਅੱਧਾ ਕੱਪੜਾ ਅੰਦਰਲੀ ਸਾਈਡ ਕੰਨੀ ਦੱਬ ਕੇ ਜਿਹੜਾ ਕਿ ਆਪਾਂ ਇੱਕ ਵਾਰ ਫਿਰ ਤੋਂ ਦੇਖੋ ਅੰਦਰਲੀ ਸਾਈਡ ਅੱਧਾ ਕੱਪੜਾ ਕੰਨੀ ਦੱਬ ਕੇ ਆਪਾਂ ਮੋੜ ਦਵਾਂਗੇ ਇਸ ਤਰੀਕੇ ਦੇ ਨਾਲ ਤੇ ਲਾਸਟ ਲੜਾ ਜਿਹੜਾ ਤੁਹਾਡਾ ਲੱਗ ਜਾਵੇਗਾ ਸੋ ਤੁਸੀਂ ਦੇਖ ਸਕਦੇ ਆ ਇਸ ਦੇ ਨਾਲ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਲੜ ਦੱਬ ਕੇ ਲਾਉਂਗੇ ਤਾਂ ਪਗ ਦੀ ਦੇਖਾ ਜਿਹੜੀ ਸ਼ੇਪ ਆ ਪਗ ਦੀ ਉਹ ਬਹੁਤ ਸੋਹਣੀ ਦੇਖਣ ਦੇ ਵਿੱਚ ਨਜ਼ਰ ਆਵੇਗੀ ਇਸ ਤੋਂ ਇਲਾਵਾ ਜਿਹੜੀ ਫੈਫਟੀ ਆ ਉਹ ਜਦੋਂ ਤੁਹਾਡੀ ਦੇਖਦੀ ਹੋਵੇਗੀ ਦਸਤਾਰ ਦੇ ਵਿੱਚ ਆਟੋਮੈਟਿਕਲੀ ਦਸਤਾਰ ਆ ਜਿਹੜੀ ਉਹ ਜ਼ਿਆਦਾ ਸੋਹਣੀ ਲੱਗੇਗੀ ਸੋ ਇਸ ਤੋਂ ਬਾਅਦ ਅਗਲਾ ਜਿਹੜਾ ਕਿ ਤਰੀਕਾ ਹੈਗਾ ਉਹ ਕਲਗੀ ਲੜਦਾ ਕਲਗੀ ਲੜ ਲਾਉਣ ਦੇ ਟਾਈਮ ਬਿਲਕੁਲ ਨੱਕ ਦੀ ਸੇਧ ਦੇ ਉੱਤੇ ਜਿਹੜਾ ਕਿ ਉੱਪਰ ਵਾਲੀ ਸਾਈਡ ਪਗ ਪੈਨ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੈਂਟਰ ਦੇ ਵਿੱਚ ਪਗ ਪੈਨ ਲਗਾਉਣ ਤੋਂ ਬਾਅਦ ਕਲਗੀ ਦੇ ਵਾਂਗੂੰ ਲੜ ਲਗਾਵਾਗੇ ਔਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਲੱਕ ਦੀ ਸਿਹਤ ਤੇ ਪਹਿਲਾਂ ਪੱਗ ਪੈਨ ਲਾਉਣਾ ਪੱਗ ਪੈਨ ਤੁਸੀਂ ਬਾਅਦ ਦੇ ਵਿੱਚ ਇੱਧਰ ਉੱਧਰ ਵੀ ਕਰ ਸਕਦੇ ਆ ਕਈ ਵਾਰ ਲੜ ਮੋਟਾ ਪਤਲਾ ਹੁੰਦਾ ਉਹਦੇ ਕਰਕੇ ਫਿਰ ਲੜ ਟੇਡਾ ਲੱਗਦਾਗਾ ਦੋਵੇਂ ਪੱਲੇ ਫਿਰ ਤੋਂ ਅੰਦਰਲੀ ਸਾਈਡ ਮੋੜਨੇ ਆ ਅੰਦਰਲੀ ਸਾਈਡ ਮੋੜਨ ਤੋਂ ਬਾਅਦ ਤੁਸੀਂ ਦੇਖੋ ਬਿਲਕੁਲ ਜਿੱਥੇ ਪੱਗ ਪੈਨ ਲਗਾਇਆ ਉਸ ਜਗ੍ਹਾ ਦੇ ਉੱਤੇ ਜਿਹੜਾ ਕਿ ਲੜ ਲੈ ਜਾ ਕੇ ਬਿਲਕੁਲ ਅੰਦਰਲੀ ਸਾਈਡ ਨੂੰ ਤੁਸੀਂ ਦੇਖੋ ਇਸ ਟਾਈਮ ਜਿੱਥੇ ਪੱਗ ਪੈਨ ਲੱਗਿਆ ਉੱਥੋਂ ਹੀ ਅੰਦਰਲੀ ਸਾਈਡ ਨੂੰ ਲੜ ਘੁਮਾਇਆ ਜਾਵੇਗਾ ਤਾਕੇ ਵਧੀਆ ਤਰੀਕੇ ਦੇ ਨਾਲ ਥੋੜਾ ਜਿਹੜਾ ਕਲਗੀ ਦਾ ਲਾੜਾ ਜਾਂ ਛੇਪਾ ਕਲਗੀ ਦੀ ਉਹ ਬਣ ਸਕੇ ਇਸ ਤੋਂ ਬਾਅਦ ਦੋਵੇਂ ਪੱਲੇ ਉੱਪਰ ਵਾਲੀ ਸਾਈਡ ਤੋਂ ਦੋਵੇਂ ਪਾਸਿਆਂ ਨੂੰ ਖੋਲ ਕੇ ਅੰਦਰਲੀ ਸਾਈਡ ਲਾੜ ਜਿਹੜਾ ਮੋੜ ਦਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਕਲਗੀ ਲਾੜ ਜਿਹੜਾ ਸਫਾਈ ਦੇ ਨਾਲ ਲੱਗਿਆ ਹੈ ਬਹੁਤ ਸਾਰੇ ਭਰਾ ਜਿਹੜੇ ਕਿ ਪੱਗ ਪੈਣ ਦੀ ਵਰਤੋਂ ਨਹੀਂ ਕਰਦੇ ਉਹਦੇ ਕਰਕੇ ਲਾੜ ਜਿਹੜਾ ਟਿੱਡਾ ਲੱਗਦਾ ਕੱਲਾ ਲਾਸਟ ਕਲਗੀ ਲਾੜ ਜੇਕਰ ਤੁਹਾਡਾ ਵਧੀਆ ਤਰੀਕੇ ਨਾਲ ਲੱਗ ਜਾਂਦਾ ਤਾਂ ਦਸਤਾਰ ਦੀ ਛੇਪਾ ਆਟੋਮੈਟਿਕਲੀ ਵਧੀਆ ਲੱਗਦੀ ਸੋ ਤੁਸੀਂ ਦੇਖ ਸਕਦੇ ਹੋ ਪੱਗ ਆਪਣੀ ਪ੍ਰੋਪਰ ਕੰਪਲੀਟ ਇਸ ਟਾਈਮ ਬਣੀ ਜਾ ਚੁੱਕੀ ਹੈ ਦੋਵੇਂ ਲੜਾਂ ਦੇ ਵਿੱਚ ਹੀ ਜਿਹੜੀ ਕਿ ਦਸਤਾਰ ਆ ਉਹ ਸੋਹਣੀ ਲੱਗਦੀ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਜੇਕਰ ਤੁਹਾਨੂੰ ਪੱਗ ਬੰਨ੍ਹਦੇ ਟਾਈਮ ਪਰਨਾ ਬੰਨ੍ਹਦੇ ਟਾਈਮ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ-ਵਧੀਆ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਾਂਦੇ ਜਾਂਦੇ ਕਮੈਂਟ ਬਾਕਸ ਦੇ ਵਿੱਚ ਇੱਕ ਕੀਮਤੀ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਨੂੰ ਸਾਂਝੀ ਵੀ ਜ਼ਰੂਰ ਕਰਨਾ ਮਿਲਦੇ ਆਂ ਜਲਦ ਹੋਰ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਵੀ ਕੋਈ ਪਕ ਬੰਦ ਦੇ ਟਾਈਮ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹ ਵੀ ਦੱਸ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਜਉਂਦੇ ਵਸਦੇ ਰਹੋ